ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਮੈਂ ਸ਼ਿਵਲਿੰਗ ਦਾ ਇੱਕ ਮਾਡਲ ਬਣਾਇਆ। ਇਹ ਵੀ ਟੁੱਥਪਿਕ 'ਚ ਬਣਿਆ ਹੋਇਆ ਹੈ। ਮੇਰੇ ਪਹਿਲੇ ਮਾਡਲ ਵੀ ਟੁੱਥਪਿਕ 'ਚ ਬਣੇ ਹੋਏ ਨੇ। ਇਹਦੇ ਵਿੱਚ 9981 ਟੁੱਥਪਿਕ ਦੇ ਛੋਟੇ ਛੋਟੇ ਪੀਸ ਯੂਜ਼ ਹੋਏ ਨੇ। ਮੈਂ ਇਹਨੂੰ ਬਣਾਉਣ ਲੱਗਿਆ ਪੂਰੀ ਰਹਿਤ ਮਰਿਆਦਾ ਦਾ ਧਿਆਨ ਰੱਖਿਆ ਵਾ। ਉਹਦੇ ਵਿੱਚ ਮੈਂ ਸਾਫ਼, ਬਿਲਕੁਲ ਸਾਫ਼ ਜਿਹੜੀਆਂ ਸੁਥਰੀਆਂ ਟੁੱਥਪਿਕ ਨੂੰ ਛਾਂਟ ਕੇ ਉਹਨਾਂ ਨੂੰ ਧੋ ਕੇ ਸੁਕਾ ਕੇ ਅਤੇ ਫਿਰ ਪੂਰੀ ਸ਼ਰਧਾ ਨਾਲ ਬਣਾਇਆ। ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਮਹਾਦੇਵ ਦੇ ਇਹ ਸ਼ਿਵਲਿੰਗ ਨੂੰ ਬਣਾਉਣ ਲੱਗਿਆ ਮੇਰੇ ਤੋਂ ਕੋਈ ਵੀ ਕੁਤਾਹੀ ਨਾ ਹੋਏ। ਮੈਂ ਬਹੁਤ ਸਾਰੇ ਵਿਦਵਾਨ ਲੋਕਾਂ ਨਾਲ ਵੀ ਇਹਦੇ ਬਾਰੇ ਡਿਸਕਸ ਕੀਤਾ, ਖੁਦ ਵੀ ਇਹਦੇ ਬਾਰੇ ਕਾਫੀ ਨੌਲੇਜ ਹਾਸਲ ਕੀਤੀ ਅਤੇ ਮੈਂ ਇਹ ਸ਼ਿਵਲਿੰਗ ਨੂੰ ਬਣਾਉਣ ਵਿੱਚ ਪੂਰੀ ਸਵੱਛਤਾ ਦਾ ਖਿਆਲ ਰੱਖਿਆ। ਸ਼ਿਵਰਾਤਰੀ ਦੇ ਸ਼ੁਭ ਮੌਕੇ ਨੂੰ ਨਜ਼ਰ 'ਚ ਰੱਖਦੇ ਹੋਏ ਮੈਂ ਕੁਛ ਨਾ ਕੁਛ ਕਰਨਾ ਚਾਹੁੰਦਾ ਸੀ। ਕਾਫੀ ਸਮੇਂ ਤੋਂ ਮੇਰੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ। ਫਿਰ ਮੈਂ ਅਖੀਰ 'ਤੇ ਇੱਕ ਸ਼ਿਵਲਿੰਗ ਦਾ ਮਾਡਲ ਬਣਾਉਣ ਵਿੱਚ ਮੈਂ ਸੋਚਿਆ ਕਿ ਮੈਂ ਇਸਨੂੰ ਸ਼ਿਵਲਿੰਗ ਦਾ ਮਾਡਲ ਬਣਾਊਂਗਾ। 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਕਿਰਤ ਦੇ ਸਿਧਾਂਤ 'ਤੇ ਵੀ ਮਾਡਲ ਬਣਾਇਆ ਸੀ। ਸ਼ਹੀਦੇ ਆਜ਼ਮ ਭਗਤ ਸਿੰਘ ਦਾ ਵੀ ਮੈਂ ਮਾਡਲ ਤਿਆਰ ਕੀਤਾ ਸੀ। ਮੇਰੇ ਹੁਣ ਤੱਕ 6 ਵਰਲਡ ਰਿਕਾਰਡ ਆ ਚੁੱਕੇ ਨੇ ਅਤੇ ਮੈਂ ਟੀਮ ਵਰਕ ਨਹੀਂ ਕਰਦਾ, ਇਹ ਮੇਰਾ ਅਕੇਲੇ ਦਾ ਕੰਮ ਹੁੰਦਾ। ਇਹਨੂੰ ਬਣਾਉਣ ਵਿੱਚ ਮੈਨੂੰ 20 ਦਿਨਾਂ ਦਾ ਸਮੇਂ ਲੱਗਾ। ਕਾਫੀ ਮੈਂ ਮਿਹਨਤ ਕੀਤੀ, ਦਿਨ ਰਾਤ ਮੈਂ ਇਹਦੇ 'ਤੇ ਇੱਕ ਕੀਤਾ ਵਾ। ਅਤੇ ਮੈਂ ਚਾਹੁੰਦਾ ਹਾਂ ਕਿ ਇਹ ਜਿਹੜਾ ਸ਼ਿਵਲਿੰਗ ਹੈ ਇਹ ਮੇਰੇ ਤੱਕ ਸੀਮਿਤ ਨਾ ਰਹੇ। ਇਹ ਮੈਂ ਕਿਸੇ ਸ਼ਿਵ ਮੰਦਿਰ ਵਿੱਚ ਮੈਂ ਇਹਨੂੰ ਸਥਾਪਿਤ ਕਰਨ ਦੀ ਸੋਚ ਰਿਹਾ ਹਾਂ ਕਿ ਉੱਥੋਂ ਦੇ ਜੋ ਪ੍ਰਬੰਧਕ ਨੇ ਮੈਂ ਉਹਨਾਂ ਨਾਲ ਗੱਲ ਕਰਕੇ ਅਤੇ ਇਹਨੂੰ ਲੋਕਾਂ ਨੂੰ ਸਮਰਪਿਤ ਕਰਦਾ ਤਾਂ ਜੋ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਉਹ ਇਸ ਦੇ ਦਰਸ਼ਨ ਕਰ ਸਕਣ।